ਇੰਡੀਆ ਨਿਊਜ਼। ਚਾਰ ਪਾਸੇ ਅਸਰ ਵੇਖਣ ਨੂੰ ਮਿਲ ਰਿਹਾ, ਖਾਸ ਤੌਰ ਤੇ ਸ਼ੁਰੂਆਤ ਜਿਹੜੀ ਹੈ ਭਾਰਤ ਬੰਦ ਦੀ ਹੋ ਚੁੱਕੀ ਹੈ। ਦੁੱਧ ਦੀ ਸਪਲਾਈ ਬੰਦ ਹੋਣੀ ਸ਼ੁਰੂ ਹੋ ਚੁੱਕੀ ਹੈ, ਸਬਜ਼ੀਆਂ ਰੁਕਣੀਆਂ ਸ਼ੁਰੂ ਹੋ ਚੁੱਕੀਆਂ ਨੇ, ਅਸਰ ਸ਼ੁਰੂ ਹੋ ਚੁੱਕਿਆ ਕੁੱਲ ਮਿਲਾ ਕੇ। ਜਲੰਧਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਵਿਨੋਦ ਸੱਭਰਵਾਲ ਸਾਡੇ ਨਾਲ ਮੌਜੂਦ ਨੇ। ਵਿਨੋਦ, ਚਾਹਵਾਂਗੇ ਜਾਣਕਾਰੀ ਤੁਹਾਡੇ ਤੋਂ ਭਾਰਤ ਬੰਦ ਨੂੰ ਲੈ ਕੇ, ਅੱਜ ਜਲੰਧਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੈ ਤੇ ਹੋਣਗੇ। ਜੀ ਬਿਲਕੁਲ, ਭਾਰਤ ਬੰਦ ਨੂੰ ਲੈ ਕੇ ਜਿਹੜਾ ਜਲੰਧਰ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਜਿਹੜਾ ਫੋਕਲ ਪੁਆਇੰਟ ਦਾ ਏਰੀਆ ਜਿਹੜਾ ਬੰਦ ਕਰ ਦਿੱਤਾ, ਲੋਕਾਂ ਨੇ ਜਿਹੜਾ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ ਤੇ ਮੌਕੇ ਤੇ ਹੀ ਜਿਹੜੀ ਹੈ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਤੇ ਜਿਹੜਾ ਮੁਸਤੈਦ ਹੈ, ਪੂਰੀ ਤਰ੍ਹਾਂ ਜਿਹੜੇ ਲਾਏ ਹੋਏ ਆ, ਅੱਗੇ ਬੈਰੀਕੇਡ ਵੀ ਕਰ ਦਿੱਤੀ ਹੈ, ਕਿਸੇ ਨੂੰ ਜਿਹੜਾ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਰੋਡ ਜਿਹੜੇ ਬਿਲਕੁਲ ਜਿਹੜਾ ਬਲੋਕ ਕਰ ਦਿੱਤਾ। ਉਸੇ ਤਰ੍ਹਾਂ ਹੀ ਜਲੰਧਰ ਦੇ ਗੁਰਾਇਆਂ ਦੇ ਏਰੀਆ ਦੇ ਵਿੱਚ ਜਿਹੜਾ ਕਿਸਾਨਾਂ ਨੇ ਵੀ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ ਜਲੰਧਰ ਸਿਟੀ ਦੇ ਵਿੱਚ ਜਿਹੜਾ ਆਂਗਣਵਾੜੀ ਵਰਕਰ ਹੈ ਉਹਨਾਂ ਨੇ ਵੀ ਜਿਹੜਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹਨਾਂ ਲੋਕਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ, ਜਿਹੜਾ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ? ਭਾਰਤ ਬੰਦ ਕੀ ਜੋ ਕਾਲ ਹੈ, ਪਹਿਲੀ ਜੋ ਮੰਗ ਹੈ ਕਿ ਘੱਟੋ ਘੱਟ ਤਨਖਾਹ ਹੈ 21,000 ਰੁਪਿਆ ਕੀਆ ਜਾਏ, ਔਰ ਦਿਹਾੜੀ ਹੈ ਉਹ 700 ਰੁਪਿਆ ਕੀਆ ਜਾਏ। ਦੂਸਰੀ ਜੋ ਏਐਨਆਰਸੀ ਨਾਗਰਿਕਤਾ ਸੋਧ ਬਿੱਲ ਔਰ ਏਐਨਆਰਆਈ ਜੋ ਲਾਗੂ ਕੀਆ ਉਸਕੋ ਬੰਦ ਕੀਆ ਜਾਏ। ਜੋ ਸਿੱਖੋ ਪਰ ਅਤਿਆਚਾਰ ਹੈ ਉਹ ਦੇਖੋ ਉਧਰ ਤੋਂ, ਸਿੱਖੋ ਪਰ ਜੋ ਅਤਿਆਚਾਰ ਹੁਆ ਹੈ ਪਾਕਿਸਤਾਨ ਮੇ ਨਨਕਸਾਨੋ ਗੁਰਦੁਆਰਾ ਮੇ ਉਹ ਬੰਦ ਕੀਆ ਜਾਏ, ਔਰ ਉਸ ਪਰ ਪਾਕਿਸਤਾਨ ਸਰਕਾਰ ਇਮਰਾਨ ਖਾਨ ਉਸ ਪਰ ਸਖਤ ਐਕਸ਼ਨ ਲੇ। ਜੋ ਜੇਨੇਊ ਵਿਦਿਆ ਮੰਦਿਰ ਮੇ ਜੋ ਨਕਾਬਪੋਸ਼ ਗੁੰਡੋ ਦੁਆਰਾ ਵਿਦਿਆਰਥੀਓ ਪਰ ਹਮਲਾ ਕੀਆ ਗਿਆ ਉਸਕੋ ਬੰਦ ਕੀਆ ਜਾਏ। ਠੇਕੇਦਾਰੀ ਪ੍ਰਥਾ ਬੰਦ ਕੀਆ ਜਾਏ, ਜੋ ਠੇਕੇਦਾਰੀ ਪ੍ਰਥਾ ਬੰਦ ਕੀਆ ਜਾਏ, ਹਰ ਫੈਕਟਰੀ ਕੇ ਅੰਦਰ ਕਰੀਦ ਕਾਨੂੰਨ ਲਾਗੂ ਕੀਆ ਜਾਏ, ਔਰ ਘੱਟੋ ਘੱਟ ਤਨਖਾਹ 21,000 ਔਰ ਜੋ ਦਿਹਾੜੀ ਹੈ ਉਸਕੋ 700 ਰੁਪਿਆ ਦਿਹਾੜੀ ਕੀਆ ਜਾਏ, ਔਰ ASIPF ਹਰ ਫੈਕਟਰੀ ਮੇ ਵੀ ਕੁਝ ਲੋਕ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆਪਾਂ, ਤੁਹਾਡਾ ਕੀ ਕਹਿਣਾ? ਸਾਡਾ ਕਹਿਣਾ ਜੋ ਵੀ ਮਤਲਬ ਕਿ 700 ਰੁਪਇਆ ਦਿਹਾੜੀ ਹੋਣੀ ਚਾਹੀਦਾ, ਨਾਗਰਿਕਤਾ ਜੋ ਬਿੱਲ ਆ ਸਰਕਾਰ ਨੇ ਵਾਪਸ ਲਿਆ ਜਾਏ, ਜਿਹੜਾ ਪਾਕਿਸਤਾਨ ਤੇ ਹਮਲਾ ਹੋਇਆ ਗੁਰਦੁਆਰੇ ਦੇ ਉੱਤੇ ਉਹ ਖਤਮ ਕੀਤਾ ਜਾਵੇ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਕਾਫੀ ਜਿਹੜਾ ਰੋਜ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਦੇ ਵਿੱਚ ਵੱਖ ਵੱਖ ਥਾਵਾਂ ਤੇ ਜਿਹੜਾ ਇਹ ਧਰਨਾ, ਕਿਸ ਤਰੀਕੇ ਦੇ ਨਾਲ ਅੱਜ ਬੰਦ ਕਰਵਾਇਆ ਜਾਏਗਾ, ਇਹ ਕੀ ਕੁਝ ਕਾਰਵਾਈ ਕੀਤੀ ਜਾਏਗੀ ਬੰਦ ਨੂੰ ਲੈ ਕੇ, ਕੀ ਇੱਥੇ ਸਿਰਫ ਧਰਨਾ ਪ੍ਰਦਰਸ਼ਨ ਕਰਕੇ ਉਸ ਤੋਂ ਬਾਅਦ ਬੰਦ ਦਾ ਸੱਦਾ ਦਿੱਤਾ ਜਾਏਗਾ, ਜਾਂ ਫਿਰ ਜਬਰਨ ਜਿਸ ਤਰ੍ਹਾਂ ਵੇਖ ਰਹੇ ਸੀਗੇ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਚੀਜ਼ ਜਾਣਨਾ ਚਾਹਾਂਗੇ ਕਿਸ ਤਰੀਕੇ ਦੇ ਨਾਲ ਰੂਪ ਵੇਖਣ ਨੂੰ ਮਿਲੇਗਾ ਭਾਰਤ ਬੰਦ ਦਾ ਜਲੰਧਰ ਦੇ ਵਿੱਚ। ਜੀ ਬਿਲਕੁਲ, ਅੱਜ ਜਿਹੜਾ ਭਾਰਤ ਬੰਦ ਦਾ ਜਿਹੜਾ ਐਲਾਨ ਕੀਤਾ ਗਿਆ ਉਹਦੀ ਕੀ ਰੂਪ ਰੇਖਾ ਹੈ, ਕੀ ਜਿਹੜਾ ਪ੍ਰਦਰਸ਼ਨ ਕਿੱਥੇ ਕਿੱਥੇ? ਇਹ ਜੋ ਪ੍ਰਦਰਸ਼ਨ ਹੈ ਸਾਰੇ ਸ਼ਹਿਰ ਕੇ ਅੰਦਰ, ਜੋ ਸ਼ਹਿਰ ਮੇ ਜੋ ਹੈ ਲੇਦਰ ਕੰਪਲੇਕਸ, ਬਸਤੀ ਬਾਬਾ, ਖੇਲ ਨਕੋਦਰ ਚੌਕ, ਰਾਮਾ ਮੰਡੀ ਚੌਕ, ਔਰ ਪਿੰਡੋ ਮੇ ਮਾਨ ਲਾ ਕਿ ਕੋਈ ਵੀ ਐਸਾ ਜੋ ਪਿੰਡ ਹੈ ਜੋ, ਕਿਉਂਕਿ ਕਿਸਾਨ ਔਰ ਜੋ ਮਜ਼ਦੂਰ ਹੈ ਪੂਰੇ ਹਿੰਦੁਸਤਾਨ ਕੀ 100 ਕਿਸਾਨ ਜਥੇਬੰਦੀਆਂ, ਉਹ ਜੋ ਵੀ ਮਾਨ ਲਗੀ ਇਸ ਧਰਨੇ ਮੇ ਸ਼ਾਮਿਲ ਹੈ, ਔਰ ਸਾਰੇ ਜੋ ਹੈ ਦੂਧ ਗੰਨਾ ਮਿਲ ਕੋਈ ਵੀ ਚੀਜ਼ ਨਹੀਂ ਚੱਲ ਰਿਹਾ, ਸਾਰਾ ਕੁਛ ਬੰਦ ਕੀਆ ਹੁਆ। ਤੋ ਇਹ ਦੁਨੀਆ ਭਰ ਮੇ ਜੋ ਕਿਸਾਨ ਵੀ ਹੈ, ਮਜ਼ਦੂਰ ਵੀ ਹੈ, ਮੁਲਾਜ਼ਮ ਵੀ ਹੈ, ਜੋ ਅੱਜ ਬੈਂਕ ਹੈ, ਜੋ ਸਕੂਲ ਹੈ, ਇਹ ਸਾਰਾ ਕੁਛ ਬੰਦ ਹੈ। ਜਿਸ ਤਰ੍ਹਾਂ ਕਿ ਇਹਨਾਂ ਦਾ ਕਹਿਣਾ ਕਿ ਸਾਰਾ ਕੁਝ ਜਿਹੜਾ ਬੰਦ ਕੀਤਾ ਗਿਆ, ਜਿਸ ਤਰ੍ਹਾਂ ਕਿ ਰੇਲਵੇ ਜਿਹੜੇ ਵੀ ਉਹ ਵੀ ਬੰਦ ਕੀਤੇ ਗਏ ਆ, ਉੱਥੇ ਵੀ ਅਸੀਂ ਗਏ ਸੀ ਤੇ ਦੇਖਣ ਨੂੰ ਮਿਲਿਆ ਵੀ ਜਿਹੜੇ ਲੋਕ ਹੈ ਜਿਹੜੇ ਮੁਸਾਫਿਰ ਹੈ ਉਹ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਸੀ ਕਿਉਂਕਿ ਟ੍ਰੇਨਾਂ ਵੀ ਬੰਦ ਕੀਤੀਆਂ ਗਈਆਂ। ਨਾਲ ਦੀ ਨਾਲ ਜਲੰਧਰ ਸ਼ਹਿਰ ਦੇ ਵਿੱਚ ਵੱਖ ਵੱਖ ਜਗ੍ਹਾ ਤੇ ਜਿਹੜੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਜੀ। ਪੁਲਿਸ ਮੁਲਾਜ਼ਮ ਵੀ ਇੱਥੇ ਨਜ਼ਰ ਆ ਰਹੇ ਨੇ, ਪੁਲਿਸ ਦੀ ਗੱਲ ਕਰੀਏ ਤਾਂ ਕਿੰਨੀ ਕੁ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਦਾ ਅੰਦਾਜ਼ਾ ਲਗਾ ਪਾ ਰਹੀ ਹਾਂ ਵਿਨੋਦ ਮੈਂ, ਤਾਂ ਅੱਜ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਣ ਵਾਲਾ ਹੈ ਜਲੰਧਰ ਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਪੂਰਨ ਬੰਦ ਹੋਏਗਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਬੱਸਾਂ ਨਹੀਂ ਚੱਲ ਰਹੀਆਂ। ਬਿਲਕੁਲ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿਹੜੇ ਜੀ ਬਿਲਕੁਲ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿੱਥੇ ਲੋਕ ਮੌਜੂਦ ਹੈ ਉੱਥੇ ਜਿਹੜੀਆਂ ਔਰਤਾਂ ਵੀ ਜਿਹੜੀਆਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ, ਕਿਸੇ ਨੂੰ ਇੱਧਰੋਂ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ, ਬੈਰੀਕੇਡ ਲਗਾ ਦਿੱਤੇ ਗਏ ਹਨ, ਰਸਤੇ ਬੰਦ ਕਰ ਦਿੱਤੇ ਗਏ ਹਨ, ਨਾਲ ਦੀ ਨਾਲ ਹੀ ਜਿਹੜਾ ਪੂਰਾ ਤੇ ਪੂਰਾ ਰੋਡ ਵੀ ਜਿਹੜਾ ਬਲੋਕ ਕੀਤਾ ਗਿਆ। ਉੱਥੇ ਹੀ ਜਲੰਧਰ ਦੇ ਵਿੱਚ ਜਿਹੜਾ ਹੈ BMC ਚੌਂਕ ਦੇ ਵਿੱਚ ਯਾਦਗਾਰ ਹਾਲ ਦੇ ਵਿੱਚ ਵੀ ਜਿਹੜੇ ਆਂਗਣਵਾੜੀ ਵਰਕਰ ਤੇ ਹੋਰ ਕਿਸਾਨ ਜਥੇਬੰਦੀਆਂ ਵੀ ਉੱਥੇ ਇਕੱਠੀਆਂ ਹੋ ਰਹੀਆਂ ਹਨ, ਤੇ ਜਲੰਧਰ ਸ਼ਹਿਰ ਦੇ ਵਿੱਚ
ਗਰਾਇਆਂ ਦੇ ਵਿੱਚ ਕਿਸਾਨਾਂ ਨੇ ਵੀ ਜਿਹੜਾ ਪ੍ਰਦਰਸ਼ਨ ਕਰਕੇ ਰੋਡ ਵੀ ਜਾਮ ਕਰ ਦਿੱਤਾ ਗਿਆ। ਬਿਲਕੁਲ, ਤਸਵੀਰਾਂ ਵੱਧ ਤੋਂ ਵੱਧ ਵੇਖਾਂਗੇ ਤੁਹਾਡੇ ਤੋਂ ਤੇ ਨਾਲੋ ਨਾਲ ਜਾਣਕਾਰੀ ਵੀ ਚਾਹਾਂਗੇ ਕਿ ਕੁਝ ਲੱਗ ਰਿਹਾ ਹੈਗਾ ਜਿੱਥੇ ਹਰ ਪਾਸੇ ਬੰਦ ਨਜ਼ਰ ਆ ਰਿਹਾ। ਜਲੰਧਰ ਦੇ ਵਿੱਚ ਪੂਰਨ ਤੌਰ ਤੇ ਬੰਦ ਦਾ ਅਸਰ ਵੇਖਣ ਨੂੰ ਮਿਲੇਗਾ ਜਿੱਥੇ ਤੱਕ ਅੰਦਾਜ਼ਾ ਲਗਾਇਆ ਜਾ ਰਿਹਾ, ਜੋ ਕੁਝ ਹਾਲਾਤ ਸ਼ੁਰੂਆਤ ਦੇ ਵਿੱਚ ਹੀ ਨਜ਼ਰ ਆ ਰਹੇ ਨੇ। ਵਿਨੋਦ ਜੀ, ਬਿਲਕੁਲ, ਜਲੰਧਰ ਦੇ ਵਿੱਚ ਹੀ ਨਹੀਂ ਪੂਰੇ ਜਿਹੜਾ ਭਾਰਤ ਬੰਦ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਤੇ ਇਸ ਦੀ ਸ਼ੁਰੂਆਤ ਵੀ ਜਿਹੜੀ ਸਵੇਰ ਤੇ ਕਰ ਦਿੱਤੀ ਹੈ। ਕਿਤੇ ਨਾ ਕਿਤੇ ਰੇਲਵੇ ਵੀ ਰੋਕ ਦਿੱਤੀਆਂ ਗਈਆਂ ਨੇ, ਰੋਡ ਵੀ ਜਿਹੜੇ ਜਾਮ ਕਰ ਦਿੱਤੇ ਗਏ ਹਨ। ਕਿਤੇ ਸਿਟੀ ਦੀ ਗੱਲ ਕਰੀਏ ਤੇ ਸਿਟੀ ਵਿੱਚ ਵੀ ਜਿਹੜੇ ਪ੍ਰਦਰਸ਼ਨ ਲਗਾਤਾਰ ਜਿਹੜੇ ਜਾਰੀ ਕੀਤੇ ਗਏ ਹਨ, ਜਿਸ ਦੇ ਨਾਲ ਆਮ ਲੋਕ ਜਿਹੜੇ ਇਹਤੋਂ ਤੋਂ ਪ੍ਰਭਾਵਿਤ ਹੋ ਰਹੇ, ਕਿਉਂਕਿ ਆਉਣ ਜਾਣ ਵਾਲੇ ਕਈ ਲੋਕ ਬੱਸ ਸਟੈਂਡ ਦੀ ਬੱਸ ਸੇਵਾ ਵੀ ਜਿਹੜੀ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤੀ ਗਈ ਹੈ। ਵਿਨੋਦ, ਇਹ ਬੈਨਰ ਔਰਤਾਂ ਦੇ ਹੱਥਾਂ ਵਿੱਚ ਹੈਗੇ ਨੇ, ਕੀ ਕੁਝ ਕਹਿਣਾ ਚਾਹੁੰਦੀਆਂ ਨੇ ਬੈਨਰਾਂ ਦੇ ਰਾਹੀਂ ਔਰਤਾਂ, ਔਰ ਔਰਤਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਜੇ ਗੱਲਬਾਤ ਕਰ ਸਕਦੇ ਨੇ, ਕੀ ਕੁਝ ਕਹਿਣਾ ਚਾਹੁੰਦੇ ਨੇ, ਔਰ ਬੈਨਰ ਖਾਸ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕੀ ਕੁਝ ਮੰਗ ਕੀਤੀ ਜਾ ਰਹੀ ਇਸ ਪ੍ਰਦਰਸ਼ਨ ਦੇ ਰਾਹੀਂ। ਜੀ ਬਿਲਕੁਲ, ਔਰਤਾਂ ਨੇ ਬੈਨਰ ਜਿਹੜੇ ਫੜੇ ਹੋਏ ਆ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਉਹਨਾਂ ਦੇ ਉੱਪਰ ਲਿਖਿਆ ਹੋਇਆ ਨਾਗਰਿਕਤਾ ਸੋਧ ਬਿੱਲ ਵਾਪਸ ਲਓ, ਨਾਲੇ ਘੱਟੋ ਘੱਟ ਹਜ਼ਾਰ 21,000 ਰੁਪਇਆ ਮਹੀਨਾ ਦਿਹਾੜੀ 700 ਰੁਪਇਆ ਬੈਨਰ ਲਾਏ ਹੋਏ ਆ। ਇਹਨਾਂ ਔਰਤਾਂ ਨਾਲ ਵੀ ਗੱਲ ਕਰਦੇ ਹਾਂ, ਅੱਜ ਜਿਹੜਾ ਭਾਰਤ ਬੰਦ ਦਾ ਐਲਾਨ ਕੀਤਾ ਗਿਆ, ਤੁਸੀਂ ਅਸੀਂ ਇਹ ਕਹਿੰਦੇ ਚਾਹੁੰਦੇ ਹੈ ਸਾਰੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਕੇ ਸਿੱਖਿਆ ਮਿਲੇ, ਤਾਂ ਸਾਨੂੰ ਘੱਟੋ ਘੱਟ 800 ਰੁਪਇਆ ਤਨਖਾਹ ਹੋਵੇ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਨੂੰ। ਅਸੀਂ ਬਹੁਤ ਮਜਬੂਰ ਹੈ, ਇਹਦੇ ਕਰਕੇ ਅਸੀਂ ਕਹਿੰਦੇ ਪਏ ਹਾਂ ਕਿ ਹੜਤਾਲ ਕੀਤਾ ਆ। ਤੁਸੀਂ ਕੀ ਕਹਿਣਾ ਚਾਹੁੰਦੇ? ਮੰਗ ਪੂਰੀ ਕਰੇ ਸਰਕਾਰ, ਇਹੀ ਅਸੀਂ ਚਾਹੁੰਦੇ ਆ। ਗਰੀਬਾਂ ਦਾ ਕੋਈ ਸੁਣਦਾ ਨਹੀਂ ਹੈ ਜੀ, ਉਹਨਾਂ ਦਾ ਕੋਈ ਵੀ ਮੰਗ ਹੋਏ ਉਹ ਪੂਰਾ ਕਰਦੇ, ਅਸੀਂ ਇਹ ਹੜਤਾਲ ਤੋੜ ਦੇਵਾਂਗੇ। ਹਾਂਜੀ, ਮਹਿੰਗਾਈ ਬਹੁਤ ਹੈ, ਬੱਚੇ ਪੜ੍ਹਾ ਨਹੀਂ ਸਕਦੇ ਆ, ਤਨਖਾਹ ਥੋੜੀ ਹੈ, ਹੋਰ ਕਿੱਦਾਂ ਪੜ੍ਹਾ ਸਕਦੇ ਆ ਅਸੀਂ ਤੇ ਇੰਨਾ ਤਨਖਾਹ। ਘਰਾਂ ਚ ਕੰਮ ਕਰ 5,000-6,000 ਰੁਪਇਆ ਦਿੰਦੇ ਆ, ਘੱਟੋ ਘੱਟ 15,000 ਰੁਪਇਆ ਤਨਖਾਹ ਦੇਣ ਬਸ। ਬਿਲਕੁਲ, ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਲੋਕ ਜਿਹੜੇ ਅੱਜ ਸਵੇਰ ਤੋਂ ਹੀ ਸੜਕਾਂ ਦੇ ਉੱਪਰ ਉਤਰੇ ਹੋਏ ਹਨ, ਜਿਸ ਤਰ੍ਹਾਂ ਕਿ ਤੁਸੀਂ ਵੱਖ ਵੱਖ ਜਗ੍ਹਾ ਤੁਹਾਨੂੰ ਦਿਖਾਈਆਂ ਕਿ ਜਲੰਧਰ ਰੇਲਵੇ ਸਟੇਸ਼ਨ ਵੀ ਜਿਹੜਾ ਹੈ ਉੱਥੇ ਵੀ ਜਿਹੜਾ ਰੇਲਵੇ ਠੱਪ ਕੀਤੀ ਹੋਈ ਹੈ, ਬੱਸ ਸਟੈਂਡ ਦਾ ਵੀ ਜਿਹੜਾ ਏਰੀਆ ਉਹ ਵੀ ਬੰਦ ਕੀਤਾ ਹੋਇਆ, ਤੇ ਫੋਕਲ ਪੁਆਇੰਟ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਲੋਕਾਂ ਨੇ ਰੋਡ ਜਿਹੜੀ ਜਾਮ ਕਰ ਦਿੱਤੀ ਹੈ। ਹਾਲਾਂਕਿ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇੱਥੇ 50 ਮੀਟਰ ਦੂਰੀ ਤੇ ਜਿਹੜੀ ਹਾਈਵੇ ਹੈਗੀ ਹੈ ਉੱਥੋਂ ਤੱਕ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ, ਕਿਉਂਕਿ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ, ਬੈਰੀਕੇਡ ਪੂਰੀ ਤਰ੍ਹਾਂ ਲਗਾਏ ਗਏ ਹਨ ਤੇ ਪੁਲਿਸ ਦੇ ਜਿਹੜੇ ਮੁਲਾਜ਼ਮ ਵੀ ਪੁਖਤਾ ਜਿਹੜੇ ਇੱਥੇ ਲਗਾਏ ਗਏ ਹਨ। ਜੀ ਬਿਲਕੁਲ, ਖਾਸ ਤੌਰ ਤੇ ਅਸੀਂ ਤਸਵੀਰਾਂ ਵੀ ਵੇਖ ਰਹੇ ਹਾਂ, ਬੰਦ ਕੀਤਾ ਜਾ ਰਿਹਾ ਔਰ ਛੋਟੇ ਵਾਹਨ ਜਿਹੜੇ ਨੇ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਯਾਨੀ ਕਿ ਆਪਣੇ ਵਾਹਨਾਂ ਤੇ ਵੀ ਨਹੀਂ ਚੱਲ ਸਕਦੇ, ਲੋਕ ਕਿੱਦਾਂ ਪਰੇਸ਼ਾਨ ਹੋ ਰਹੇ ਨੇ ਵੀ ਜਾਣਾਂਗੇ। ਇਸ ਤੋਂ ਇਲਾਵਾ ਪੁਲਿਸ ਦੇ ਨਾਲ ਵੀ ਗੱਲਬਾਤ ਕਰੋ, ਮੁਲਾਜ਼ਮਾਂ ਦੇ ਨਾਲ ਕਿਸ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਨੇ, ਜਿੰਨੀ ਵੱਧ ਤੋਂ ਵੱਧ ਆਮ ਲੋਕ ਇੱਥੇ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਜਿੰਨੀ ਵੱਧ ਤੋਂ ਵੱਧ ਗੱਲਬਾਤ ਕਰਵਾ ਸਕਦੇ ਹੋ, ਕਿਉਂਕਿ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਇੱਥੋਂ ਜਲੰਧਰ ਦੇ ਵਿੱਚੋਂ ਖਾਸ ਤੌਰ ਤੇ। ਜੀ ਬਿਲਕੁਲ, ਜਿਹੜਾ ਲਗਾਤਾਰ ਸਵੇਰ ਤੋਂ ਜਿਹੜਾ ਬੰਦ ਕੀਤਾ ਉਹਦੇ ਨਾਲ ਆਮ ਲੋਕ ਕਾਫੀ ਪਰੇਸ਼ਾਨ ਹੋ ਰਹੇ ਆ, ਕਿਉਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂ ਹਰ ਇੱਕ ਜਗ੍ਹਾ ਜਿਹੜੇ ਰੋਡ ਜਿਹੜੇ ਬੰਦ ਕੀਤੇ ਗਏ ਹਨ। ਅਸੀਂ ਇੱਥੇ ਪੁਲਿਸ ਮੁਲਾਜ਼ਮ ਵੀ ਮੌਜੂਦ ਹੈ, ਉਹਨਾਂ ਨਾਲ ਵੀ ਗੱਲ ਕਰਦੇ ਹਾਂ ਵੀ ਕਿੰਨੇ ਕੁ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕਰ ਰਹੇ ਆ, ਰੋਡ ਜਾਮ ਕੀਤਾ ਹੋਇਆ ਉਹਦੇ ਲਈ ਕੀ ਪੁਖਤਾ ਪ੍ਰਬੰਧ? ਅਸੀਂ ਇਹ ਪਬਲਿਕ ਨੂੰ ਤੇ ਜਿਹੜੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਆਪਣੀ ਸਿਕਿਉਰਿਟੀ ਲਾਤੀ ਆ ਵੀ ਕਿਸੇ ਨੂੰ ਆਵਾਜਾਈ 'ਚ ਕੋਈ ਪ੍ਰੋਬਲਮ ਨਾ ਹੋਵੇ, ਨਾ ਹੀ ਇਹ ਕਿਸੇ ਨਾਲ ਉਲਝ ਸਕਣ, ਸ਼ਾਂਤਮਈ ਢੰਗ ਨਾਲ ਇਹ ਆਪਣਾ ਪ੍ਰੋਟੈਸਟ ਕਰ ਰਹੇ ਆ। ਅਸੀਂ ਜਿਹੜਾ ਵਾ ਇਹਨਾਂ ਸਾਰਿਆਂ ਦੀਆਂ ਗਤੀਵਿਧੀਆਂ ਤੇ ਸ਼ਰਾਰਤੀ ਬੰਦੇ ਆ ਜੇ ਕੋਈ ਆ ਉਹਦੀ ਗਤੀਵਿਧੀ ਤੇ ਵੀ ਧਿਆਨ ਰੱਖ ਰਹੇ ਆ ਵੀ ਕੋਈ ਵੀ ਚਾਹ ਰਹੇ ਨੇ ਰੋਡ ਬੰਦ ਕੀਤਾ, ਜਿਹੜੇ ਆਉਣ ਜਾਣ ਵਾਲੀ ਪਬਲਿਕ ਉਹਨਾਂ ਨੂੰ ਕਾਫੀ ਪਰੇਸ਼ਾਨੀ? ਕੋਈ ਪਰੇਸ਼ਾਨੀ ਨਹੀਂ ਹੋ ਰਹੀ ਜੀ, ਇਹ ਆਪਣਾ ਕਰ ਰਹੇ ਆ, ਜਿਹੜਾ ਵੀ ਕੋਈ ਵਹੀਕਲ ਆਉਂਦਾ ਵਾ ਉਹ ਅਸੀਂ ਆਪਣੀ ਦੇਖ ਰੇਖ 'ਚ ਲਗਾ ਰਹੇ ਹਾਂ। ਜਿਸ ਤਰ੍ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ, ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾ ਦਵਾਂ ਕਿ ਰੋਡ ਕਿਸ ਤਰ੍ਹਾਂ ਬੰਦ ਕੀਤਾ ਹੈ। ਇੱਕ ਬੈਨਰ ਲਗਾਇਆ ਗਿਆ ਹੈ ਜਿਹੜੇ ਇੱਟਾਂ ਦੇ ਨਾਲ ਪੂਰੀ ਰੋਡ ਜਿਹੜੀ ਬਲੋਕ ਕੀਤੀ ਗਈ ਹੈ, ਤੇ ਆਪ ਜਿਹੜੇ ਝੰਡੇ ਲੈ ਕੇ ਸੜਕਾਂ ਦੇ ਉੱਪਰ ਜਿਹੜੇ ਲੋਕ ਜਿਹੜੇ ਉਤਰੇ ਹਨ ਤੇ ਨਾਰੇਬਾਜ਼ੀ ਲਗਾਤਾਰ ਕੀਤੀ ਜਾ ਰਹੀ ਹੈ ਜੀ। ਬਿਲਕੁਲ, ਬੈਨਰ ਜਿਹੜੇ ਲਗਾ ਦਿੱਤੇ ਗਏ ਨੇ, ਵਾਹਨਾਂ ਦੇ ਨਾਲ ਰੋਡ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਸੋ ਵਿਨੋਦ, ਕਿਹਾ ਤਾਂ ਜਾ ਰਿਹਾ ਪੁਲਿਸ ਦੇ ਵੱਲੋਂ ਕਿ ਅਸੀਂ ਵਾਹਨ ਖੁਦ ਆਪਣੀ ਨਿਗਰਾਨੀ ਦੇ ਵਿੱਚ ਕਢਾ ਰਹੇ ਹਾਂ, ਅੰਦਾਜ਼ਨ ਲਗਾਇਆ ਜਾ ਸਕਦਾ ਕਿ ਸ਼ੁਰੂਆਤ ਹੈ ਹਲੇ ਇੱਥੇ, ਹਲੇ ਪੁਲਿਸ ਮੁਲਾਜ਼ਮ ਕੁਝ ਮੌਜੂਦ ਨੇ, ਵਾਹਨ ਕਢਵਾ ਰਹੇ ਨੇ, ਪਰ ਅਗਰ ਤਾਦਾਦ ਵੱਡੀ ਹੁੰਦੀ ਹੈ, ਇੱਥੇ ਲੋਕ ਹੋਰ ਜੁੱਟ ਹੁੰਦੇ ਨੇ, ਤਾਂ ਫਿਰ ਨਹੀਂ ਲੱਗ ਰਿਹਾ ਕਿ ਇੱਥੇ ਵਾਹਨ ਨਿਕਲ ਸਕਦੇ ਨੇ ਜਾਂ ਕਿਸੇ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਸ਼ਾਂਤਮਈ ਰਹਿ ਸਕਦਾ।
ਬਿਲਕੁਲ ਗੁਰਜੋਤ, ਹਜੇ ਤਾਂ ਸ਼ੁਰੂਆਤ ਹੋਈ ਹੈ, ਦਿਨ ਚੜ੍ਹਦੇ ਹੀ ਜਿਹੜਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਉਸ ਤੋਂ ਬਾਅਦ ਹਜੇ ਹੋਰ ਵੀ ਜਿਹੜੇ ਪ੍ਰਦਰਸ਼ਨ ਸ਼ੁਰੂ ਹੋਣੇ, ਜਿਸ ਤਰ੍ਹਾਂ ਕਿ ਜਲੰਧਰ ਸਿਟੀ ਦੇ ਵਿੱਚ ਵੀ ਜਿਹੜਾ ਲਗਾਤਾਰ ਪ੍ਰਦਰਸ਼ਨ ਸ਼ੁਰੂ ਹੋ ਚੁੱਕਿਆ ਹੈ। ਆਂਗਨਵਾੜੀ ਵਰਕਰ, ਕਿਸਾਨ ਜਥੇਬੰਦੀਆਂ ਸਾਰੀਆਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਨੇ ਹਰ ਇੱਕ ਜਗ੍ਹਾ, ਜਾਂ ਨਕੋਦਰ ਚੌਂਕ ਲਾ ਲਈਏ, ਜੋਤੀ ਚੌਂਕ ਲਾ ਲਈਏ, ਜਾਂ ਹੋਰ ਵੀ ਇਸੇ ਤਰ੍ਹਾਂ ਕਾਫੀ ਚੌਂਕ ਜਿਹੜੇ ਬੰਦ ਕਰਨ ਦਾ ਇਹਨਾਂ ਨੇ ਐਲਾਨ ਕੀਤਾ। ਜੇ ਸਾਰੇ ਚੌਂਕ ਬੰਦ ਕਰ ਦਿੱਤੇ ਜਾਣ ਤਾਂ ਲੋਕਾਂ ਦੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜਿੱਥੇ ਪੁਲਿਸ ਪ੍ਰਸ਼ਾਸਨ ਲਗਾਤਾਰ ਕਹਿੰਦਾ ਹੈ ਵੀ ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ, ਲੋਕਾਂ ਦੇ ਲੰਘਾਇਆ ਜਾ ਰਿਹਾ, ਪਰ ਕਿਤੇ ਨਾ ਕਿਤੇ ਜਦੋਂ ਪ੍ਰਦਰਸ਼ਨ ਤੇਜ਼ ਹੋਵੇਗਾ ਉੱਥੇ ਆਮ ਲੋਕਾਂ ਦੇ ਜਿਹੜਾ ਕਾਫੀ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਲਕੁਲ ਬਿਲਕੁਲ, ਜਿਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਤੁਸੀਂ, ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹਰ ਇੱਕ ਕੋਈ ਆਪਣੀਆਂ ਮੰਗਾਂ ਨੂੰ ਲੈ ਕੇ ਖੜਾ ਹੋਇਆ, ਬੇਸ਼ੱਕ ਉਹ ਮਜ਼ਦੂਰੀ ਵਰਗ ਹੋਵੇ, ਯਾਨੀ ਕਿ ਜਿਹੜੇ ਦਿਹਾੜੀ ਕਰਕੇ ਆਪਣਾ ਰੋਜ਼ ਦਾ ਗੁਜ਼ਾਰਾ ਕਰਦੇ ਨੇ, ਦੋ ਵਕਤ ਦੀ ਰੋਟੀ ਕਮਾਉਂਦੇ ਨੇ, ਉਹ ਹੋਣ ਜਾਂ ਫਿਰ ਕਿਸਾਨ ਹੋਣ ਜਾਂ ਫਿਰ ਜਿਹੜੇ ਲੋਕ ਸਿੱਖ ਧਰਮ ਦੀ ਖਾਸ ਤੌਰ 'ਤੇ ਗੱਲ ਕਰ ਰਹੇ ਨੇ, ਸਿੱਖ ਮੁੱਦਿਆਂ ਦੀ ਜੋ ਪਾਕਿਸਤਾਨ ਦੇ ਵਿੱਚ ਵਾਪਰਿਆ, ਜਾਂ ਕਾਨੂੰਨ ਦੀ ਗੱਲ ਹੋਵੇ ਸੀਏ ਦੀ, ਹਰ ਇੱਕ ਕੋਈ ਆਪਣੇ ਮਸਲਿਆਂ ਨੂੰ ਲੈ ਕੇ ਉਤਰਿਆ ਹੋਇਆ, ਖਾਸ ਤੌਰ 'ਤੇ ਜੋ ਵਾਪਰ ਰਿਹਾ ਅੱਜ ਦੇਸ਼ ਦੇ ਵਿੱਚ, ਜੋ ਕੁਝ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਅੱਜ, ਯਾਨੀ ਕਿ ਕੁੱਲ ਮਿਲਾ ਕੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ। ਜੀ ਬਿਲਕੁਲ, ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਜੇ ਕਿਸਾਨਾਂ ਦੀ ਗੱਲ ਕਰੀਏ, ਸਵਾਮੀਨਾਥਨ ਦੀ ਰਿਪੋਰਟ ਨੂੰ ਲੈ ਕੇ, ਜਿਹੜੇ ਮਜ਼ਦੂਰ ਵਰਗ ਦੇ ਹੈ ਉਹ ਆਪਣੇ 700 ਰੁਪਇਆ ਦਿਹਾੜੀ ਦੇ ਰੇਟ ਨੂੰ ਲੈ ਕੇ, ਨਾਲ ਦੀ ਨਾਲ ਜੇ ਐਨ ਜੀ ਓ ਦੀ ਗੱਲ ਕਰੀਏ ਉੱਥੇ ਦੇ, ਅਤੇ ਜਾਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਨੂੰ ਲੈ ਕੇ ਜਿਹੜੇ ਇਹ ਲੋਕ ਜਿਹੜੇ ਅੱਜ ਸੜਕਾਂ 'ਤੇ ਉਤਰਨ 'ਤੇ ਮਜਬੂਰੇ ਹੈ ਹੋਏ ਹਨ, ਕਿਉਂਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਇਹ ਲੋਕਾਂ ਨੂੰ ਮਜਬੂਰਨ ਜਿਹੜਾ ਸੜਕਾਂ 'ਤੇ ਉਤਰਨਾ ਪਿਆ ਹੈ। ਜੀ ਬਿਲਕੁਲ, ਤਸਵੀਰਾਂ ਜਿਹੜੇ ਇੱਕ ਵਾਰ ਫਿਰ ਤੋਂ ਦੇਖਾਂਗੇ ਵਿਨੋਦ, ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਕਿੱਥੇ ਕੁ ਤੱਕ ਬੈਰੀਗੇਟਿੰਗ ਲਗਾ ਕੇ ਪੁਲਿਸ ਨੇ ਇੰਤਜ਼ਾਮ ਕੀਤੇ ਹੋਏ ਨੇ, ਔਰ ਕਿੱਥੋਂ ਰੋਡ ਜਿਹੜਾ ਜਾਮ ਕੀਤਾ ਜਾ ਰਿਹਾ, ਕਿੰਨਾ ਕੁ ਦਾਇਰਾ ਹੈਗਾ, ਉਸ ਤੋਂ ਇਲਾਵਾ ਹੋਰ ਕਿ ਜਨਾਲ ਦੇ ਇਲਾਕੇ ਜਿਹੜੇ ਨੇ ਕਿੰਨੇ ਕੁ ਜ਼ਿਆਦਾ ਪ੍ਰਭਾਵਿਤ ਹੋਣਗੇ। ਉਸ ਤੋਂ ਇਲਾਵਾ ਵਿਨੋਦ ਇਹ ਵੀ ਜਾਣਨਾ ਚਾਹਾਂਗੇ, ਦੁੱਧ ਔਰ ਸਬਜ਼ੀਆਂ ਉਹਨਾਂ ਦੀ ਸਪਲਾਈ ਵੀ ਬੰਦ ਹੋਏਗੀ, ਛੋਟੇ ਦੁਕਾਨਦਾਰ ਵੀ ਉਹ ਵੀ ਹਿਮਾਇਤੀ ਦੇ ਨਾਲ ਦੁਕਾਨਾਂ ਵੀ ਬੰਦ ਹੋਣਗੀਆਂ, ਕੀ ਕੁਝ ਹਾਲਾਤ ਨੇ ਇਸ ਵੇਲੇ ਇਹਨਾਂ ਚੀਜ਼ਾਂ ਨੂੰ ਲੈ ਕੇ? ਜੀ ਬਿਲਕੁਲ, ਪਹਿਲੇ ਤਾਂ ਮੈਂ ਗੱਲ ਕਰਨਾ ਚਾਹੁੰਦਾ ਇੱਥੇ ਜਿਹੜੇ ਜਥੇਬੰਦੀ ਨੂੰ ਸੰਬੋਧਨ ਕਰ ਰਹੇ ਉਹਨਾਂ ਨਾਲ ਗੱਲ ਕਰਾਂਗੇ ਆਪਾਂ। ਅੱਜ ਜਿਹੜਾ ਭਾਰਤ ਬੰਦ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਦੇ ਲਈ ਕੀ ਕਹਿਣਾ? ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਨਾ, ਇਹਨਾਂ ਮਜ਼ਦੂਰਾਂ ਦੇ ਜਿਹੜੇ ਕਿ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਇਆ ਮਹੀਨੇ 'ਤੇ ਨੌਕਰੀ ਕਰਦੇ ਆ, ਉਹਨਾਂ ਦੀ ਤਨਖਾਹ 21,000 ਰੁਪਇਆ ਮਹੀਨਾ ਕੀਤੀ ਜਾਵੇ, ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹੀ ਦਿਹਾੜੀ ਦਾ ਕੰਮ ਕਰਦੇ ਆ ਉਹਨਾਂ ਦੀ ਜਿਹੜੀ ਉਜ਼ਰਤ, ਉਹਨਾਂ ਦੀ ਜਿਹੜੀ ਦਿਹਾੜੀ ਆ ਘੱਟੋ ਘੱਟ 700 ਰੁਪਈਆ ਕੀਤੀ ਜਾਵੇ। ਅਸੀਂ ਇਹਨਾਂ ਮਜ਼ਦੂਰਾਂ ਦੀ ਖਾਤਰ ਹੜਤਾਲ ਸੜਕਾਂ 'ਤੇ ਆਏ ਹਾਂ, ਅਸੀਂ ਨਿੱਜੀਕਰਨ ਦੇ ਬਿਲਕੁਲ ਵਿਰੋਧੀ ਹਾਂ ਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਨਿੱਜੀਕਰਨ ਦੀ ਪਾਲਿਸੀ ਲਈ ਆ ਉਹਦੇ ਵਿੱਚ ਸਾਡੇ ਪੜ੍ਹੇ ਲਿਖੇ ਬੱਚੇ ਜਿਹੜੇ ਆ, ਪੜ੍ਹੀਆਂ ਲਿਖੀਆਂ ਬੇਟੀਆਂ ਜਿਹੜੀਆਂ ਆ BA ਡਿਗਰੀਆਂ ਕਰਕੇ ਉਹ ਸੜਕਾਂ 'ਤੇ ਰੋਲਦੀਆਂ ਪਈਆਂ, ਉਹਨਾਂ ਦੀ ਤਨਖਾਹ ਜਿਹੜੀ ਆ ਉਹਨਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਆ। ਅਸੀਂ ਇਹ ਵੀ ਕਹਿੰਦੇ ਹਾਂ ਵੀ ਜਿਹੜੀਆਂ ਸਰਕਾਰ ਨੇ ਕਿਹਾ ਸੀ, ਕੇਂਦਰ ਦੀ ਸਰਕਾਰ ਨੇ ਕਿਹਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤਾਂ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ, 2 ਕਰੋੜ ਨੌਕਰੀਆਂ ਦੇਣ ਦੀ ਬਜਾਏ ਨਾ ਦੇਣ ਕਰਕੇ ਇਹ ਜਿਹੜੀ ਬੇਰੁਜ਼ਗਾਰੀ ਵਧੀ ਆ। ਪੰਜਾਬ ਦੀ ਸਰਕਾਰ ਨੇ ਵੀ ਕਿਹਾ ਸੀ ਅਸੀਂ 2 ਲੱਖ ਨੌਕਰੀਆਂ ਦੇਵਾਂਗੇ, ਪੰਜਾਬ ਦੀ ਸਰਕਾਰ ਨੇ ਵੀ ਕੋਈ ਨਹੀਂ ਕੀਤਾ। ਇਹ ਜਿਹੜੇ ਮੋਬਾਈਲ ਆ, ਕਿਹਾ ਸੀ ਵੀ ਮੋਬਾਈਲ ਦੇਵਾਂਗੇ, ਅਸੀਂ ਮੋਬਾਈਲਾਂ ਦੇ ਹੱਕ ਵਿੱਚ ਨਹੀਂ, ਅਜੇ ਅਸੀਂ ਕਹਿੰਦੇ ਮੋਬਾਈਲਾਂ ਦੀ ਕੋਈ ਲੋੜ ਨਹੀਂ, ਸਾਨੂੰ ਤਾਂ ਪੀਣ ਨੂੰ ਪਾਣੀ, ਖਾਣ ਨੂੰ ਰੋਟੀ ਅਤੇ ਰਹਿਣ ਨੂੰ ਮਕਾਨ ਚਾਹੀਦਾ। ਅਸੀਂ ਇਹਨਾਂ ਲੋਕਾਂ ਦੀ ਖਾਤਰ ਇਹਨਾਂ ਸੜਕਾਂ 'ਤੇ ਉਤਰੇ ਹਾਂ, ਬੇਨਤੀ ਕਰਦੇ ਹਾਂ ਕਿ ਕੇਂਦਰ ਜਾਂ ਪੰਜਾਬ ਸਰਕਾਰ ਜਿਹੜੀ ਆ ਉਹ ਇਹਨਾਂ ਦੀਆਂ ਮੰਗਾਂ ਮੰਨੇ। ਬਿਜਲੀ ਇੰਨੀ ਮਹਿੰਗੀ ਹੋ ਗਈ ਆ, ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ 'ਤੇ ਪੰਜਾਬ ਸੂਬਾ ਇੱਕ ਜਿਹਦੇ ਵਿੱਚ ਬਿਜਲੀ 9 ਰੁਪਈਏ ਯੂਨਿਟ ਦੇ ਹਿਸਾਬ ਦੇ ਨਾਲ ਜਿਹੜੀ ਆ ਵਿਕ ਰਹੀ ਆ, ਔਰ ਜਿਹੜੇ ਗਰੀਬ ਲੋਕ ਜਿਹੜੇ ਆ। ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿਹੜੀ ਲਗਾਤਾਰ ਜਿਹੜੀ ਹੈ ਨਾਰੇਬਾਜ਼ੀ ਹੋ ਰਹੀ ਹੈ ਤੇ ਰੋਡ ਜਿਹੜਾ ਜਾਮ ਕੀਤਾ ਗਿਆ ਹੈ, ਉਧਰੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਜਿਹੜਾ ਹੈ ਇਹਨਾਂ ਨਾਲ ਗੱਲਬਾਤ ਕਰ ਰਹੇ ਹੈ ਕਿ ਰੋਡ ਜਿਹੜਾ ਖੋਲਿਆ ਜਾਵੇ, ਕਿਉਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਾਰ ਸਵਾਰ ਲੋਕ ਵੀ ਹੈ ਜਿਨ੍ਹਾਂ ਨੂੰ ਵਾਪਸ ਮੋੜ ਦਿੱਤਾ ਜਾ ਰਿਹਾ। ਇੱਕ ਬੰਦੇ ਹੁਣੀ ਪੁਲਿਸ ਅਫਸਰ ਕਹਿ ਰਹੇ ਸੀ ਕਿ ਜਿਹੜਾ ਆਉਣ ਜਾਣ ਵਾਲੇ ਲੋਕਾਂ ਨੂੰ ਲੰਘਾਇਆ ਜਾ ਰਿਹਾ, ਪਰ ਕਿਤੇ ਨਾ ਕਿਤੇ ਸਾਹਮਣੇ ਨਹੀਂ ਆ ਰਿਹਾ ਪ੍ਰਦਰਸ਼ਨ ਕਰ ਰਹੇ ਨੇ। ਜੇਕਰ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਕਿਉਂਕਿ ਉਹ ਜਾਣ ਵਾਲੇ ਨੇ, ਕੀ ਕੁਝ ਕਹਿ ਰਹੇ ਨੇ ਕਿ ਉਹ ਕਹਿ ਕੇ ਕੀ ਕਹਿ ਕੇ ਰੋਕਿਆ ਗਿਆ? ਜੀ 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 ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਵਾਪਸ ਮੋੜ ਦਿੱਤਾ ਜਾ ਰਿਹਾ। ਕਾਰ ਸਵਾਰ ਨਹੀਂ, ਬਾਈਕ ਸਵਾਰ ਵੀ ਲੋਕ ਇੱਥੇ ਮੌਜੂਦ ਹੈ ਜਿਨ੍ਹਾਂ ਨਾਲ ਆਪਾਂ ਗੱਲ ਵੀ ਕਰਾਂਗੇ।
ਪ੍ਰਦਰਸ਼ਨ ਹੋ ਰਿਹਾ, ਕੀ ਤੁਹਾਨੂੰ ਦਿੱਕਤ ਦਾ ਸਾਹਮਣਾ? ਲੰਘਣ ਨਹੀਂ ਦੇ ਰਹੇ, ਅਸੀਂ ਵੀ ਆਪਣੇ ਕੰਮਾਂ ਕਾਰਾਂ ਤੇ ਜਾਣਾ ਜੀ, ਇਹ ਲੰਘਣ ਹੀ ਨਹੀਂ ਦੇ ਰਹੇ ਆ, ਕਹਿੰਦੇ ਇੱਥੋਂ ਨਹੀਂ ਲੰਘਣਾ, ਰੋਡ ਬੰਦ ਹੈ ਜੀ। ਮੇਰੇ ਕੋ ਪਤਾ ਨਹੀਂ ਹੈ ਜੀ ਕਿਉਂ ਪ੍ਰਦਰਸ਼ਨ ਹੈ, ਕਦੇ ਰਸਤਾ ਬੰਦ ਹੈ, ਨਹੀਂ ਕਿਸਕਾ ਤਨਖਾਹ ਹੋਣਾ ਚਾਹੀਏ 21,000, ਕਿਸਕਾ ਹੋਣਾ ਚਾਹੀਏ, ਹਮਕੋ ਕੌਣ ਦੇਤਾ 21,000 ਤਨਖਾਹ, ਹਮਕੋ ਬਤਾਏ ਕੋਈ, ਹਮਕੋ ਕੋਈ ਬਤਾਏ, ਯਾ ਜਲੰਧਰ ਮੇ 6-7,000 ਸੇ ਤਨਖਾਹ ਜ਼ਿਆਦਾ ਕੋਈ ਦੇਤਾ ਨਹੀਂ ਹੈ, ਤੁਹਾਰੇ ਹੜਤਾਲ ਕਰਨੇ ਸੇ ਕੋਈ ਦੇ ਦੇਗਾ, ਤੁਹਾਰਾ ਨੇਤਾ ਕਹਾਂ ਹੈ, ਨੇਤਾ ਕੌਣ ਹੈ ਤੁਹਾਰਾ, ਨੇਤਾ ਤਾਂ ਬਹਿਣ ਚੋ ਯਹਾਂ ਕੋਈ ਦਿਖਾਈ ਨਹੀਂ ਦੇਤੇ ਹੈ, ਨੇਤਾ ਲੋਕੋ ਕੋ ये मैं कहता हूँ सीधे पुल के नीचे हमको जाना, उधर जाना कहते इधर नहीं जाना, इधर जाओ, उधर कैसे जाऊंगा मैं, बिल्कुल तुसी देख सकते हो कि जिसे नु भी एतो जड़ा लंगर नहीं दिता जा रहा, कुछ और भी लोग रास्ता बंद किया है, किन्नी परेशानी है तुहानू? ਭਾਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਮੈਂ ਘਰੇ ਆ, ਲਾਈਟ ਲਾਉਣੀ ਹੈ, ਜਦ ਤੱਕ ਲਾਈਟ ਨਹੀਂ ਲਾ ਜੂਗਾ, ਸਵੇਰੇ ਵੀ ਇਹਨਾਂ ਨੇ ਮੈਨੂੰ ਡੱਕ ਲਿਆ, ਮਤਲਬ ਇਹਨਾਂ ਨੇ ਆਹ ਸਾਰਾ ਕੰਮ ਗਲਤ ਕੀਤਾ, ਇਹਦਾ ਰੋਕਣ ਦਾ ਕੀ ਕੰਮ ਹੈ ਜੀ? ਬਸ ਜਿੱਥੇ ਇੱਕ ਬੰਨੇ ਆ ਲੋਕ ਪ੍ਰਦਰਸ਼ਨ ਕਰ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ, ਉੱਥੇ ਦੂਜੇ ਬੰਨੇ ਜਿਹੜੇ ਆਮ ਲੋਕ ਹੈ ਉਹ ਕਾਫੀ ਪਰੇਸ਼ਾਨ ਆ ਰਹੇ ਆ, ਤੁਸੀਂ ਦੇਖ ਸਕਦੇ ਹੋ ਸਕੂਲੀ ਬੱਚੇ ਹੈ ਉਹ ਵੀ ਜਿਹੜੇ ਇੱਥੇ ਖੜੇ ਆ, ਜਿਨ੍ਹਾਂ ਨੂੰ ਇੱਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਬੇਟੇ ਕੀ ਨਾਮ ਤੁਹਾਡਾ? ਸ਼ਾਲੀ। ਤੁਹਾਨੂੰ ਇੱਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ, ਕੀ ਕਹਿੰਦੇ? ਅੱਜ ਪੇਪਰ ਆ ਸਾਡਾ, ਇਗਜ਼ਾਮ ਹੈ ਤੁਹਾਡਾ ਜੀ, ਮੰਥਲੀ ਟੈਸਟ, ਤੇ ਜਾਣ ਕਿਉਂ ਨਹੀਂ ਦੇ ਰਹੇ ਤੁਹਾਨੂੰ? ਪਤਾ ਨਹੀਂ। ਤੁਸੀਂ ਜਿਸ ਤਰ੍ਹਾਂ ਕਿ ਆਪਾਂ ਸਕੂਲੀ ਬੱਚਿਆਂ ਨਾਲ ਵੀ ਗੱਲ ਕੀਤੀ ਵੀ ਕਿਸੇ ਨੂੰ ਵੀ ਇੱਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ, ਬੱਚਿਆਂ ਨੇ ਵੀ ਕਿਹਾ ਵੀ ਸਾਡਾ ਅਜੇ ਇਗਜ਼ਾਮ ਹੈ, ਪਰ ਫੇਰ ਵੀ ਜਿਹੜਾ ਪ੍ਰਦਰਸ਼ਨਕਾਰੀ ਉਹਨਾਂ ਨੂੰ ਨਹੀਂ ਇੱਥੇ ਜਾਣ ਦੇ ਰਹੇ, ਉੱਥੇ ਪੁਲਿਸ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰ ਰਿਹਾ ਵੀ ਆਉਣ ਜਾਣ ਵਾਲੇ ਲੋਕਾਂ ਨੂੰ ਜਿਹੜਾ ਇੱਥੋਂ ਲੰਘਣ ਦੀ ਪੂਰੀ ਸੁਵਿਧਾ ਹੈ, ਉਹਦੇ ਲਈ ਅਸੀਂ ਖੜੇ ਹਾਂ, ਪਰ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਫੇਲ ਦਿਖਦਾ ਨਜ਼ਰ ਆ ਰਿਹਾ ਹੈ। ਬਿਲਕੁਲ, ਖਾਸ ਤੌਰ ਤੇ ਹਾਲ ਹੀ ਦੇ ਵਿੱਚ ਹੁਣੇ ਅਸੀਂ ਸਵਾਲ ਕੀਤਾ ਸੀਗਾ, ਖਾਸ ਤੌਰ ਤੇ ਤੁਸੀਂ ਦਿਖਾਇਆ ਸੀ, ਪੁਲਿਸ ਮੁਲਾਜ਼ਮ ਕਹਿ ਰਹੇ ਸੀ ਕਿ ਕਿਸੇ ਨੂੰ ਮਜਬੂਰੀ ਜਿਹੜੀ ਹੈ ਉਹ ਮਜਬੂਰੀ ਵਸ ਜਿਹੜਾ ਰੋਕਿਆ ਨਹੀਂ ਜਾਏਗਾ, ਸਭ ਨੂੰ ਨਿਕਲਣ ਦਿੱਤਾ ਜਾਏਗਾ, ਖੁਦ ਅਸੀਂ ਇੱਥੇ ਖੜੇ ਹਾਂ, ਆਮ ਵਾਹਨ ਜਿਹੜੇ ਨਿਕਲਣਗੇ, ਪਰ ਹੁਣੇ 5 ਮਿੰਟ ਬਾਅਦ ਹੀ ਅਸਰ ਜਿਹੜਾ ਵੇਖਣ ਨੂੰ ਮਿਲ ਰਿਹਾ ਕਿ ਉੱਥੇ ਵਾਹਨ ਨਹੀਂ ਜਾਣ ਦਿੱਤੇ ਜਾ ਰਹੇ, ਪੇਪਰ ਜਾਣ ਵਾਲੇ ਪੇਪਰ ਦੇਣ ਵਾਲੇ ਵਿਦਿਆਰਥੀ ਖੜੇ ਨੇ, ਉਸ ਤੋਂ ਇਲਾਵਾ ਰੋਜ਼ਮਰਾ ਤੇ ਕੰਮਾਂ ਤੇ ਜਾਣ ਵਾਲੇ ਲੋਕ ਖੜੇ ਨੇ ਜਿਨ੍ਹਾਂ ਦਾ ਗੁੱਸਾ ਵੀ ਜਿਹੜਾ ਫੁੱਟ ਕੇ ਨਜ਼ਰ ਆ ਰਿਹਾ, ਖਾਸ ਤੌਰ ਤੇ ਹਾਲਾਤ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਬੰਦੇ ਨਜ਼ਰ ਆ ਰਹੇ ਨੇ। ਅਖੀਰ ਦੇ ਵਿੱਚ ਤਸਵੀਰਾਂ ਵੇਖਾਂਗੇ ਵਿਨੋਦ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਅਸੀਂ। ਸਾਫ਼ ਤੌਰ 'ਤੇ ਤਸਵੀਰਾਂ ਜਿਹੜੀਆਂ ਦਰਸ਼ਕਾਂ ਤੱਕ ਪਹੁੰਚਾ ਰਿਹਾ ਕਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣੇ ਹੋਏ ਨੇ, ਜਥੇਬੰਦੀਆਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਬੈਰੀਕੇਡ ਲਗਾ ਕੇ। ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਥੇ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਦਾਅਵੇ ਕਰ ਰਹੇ ਨੇ, ਪਰ ਦੂਸਰੇ ਪਾਸੇ ਅਗਰ ਪ੍ਰਦਰਸ਼ਨਕਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵਾਹਨ ਲਗਾ ਕੇ, ਇੱਟਾਂ ਲਗਾ ਕੇ ਇੱਥੇ ਹਾਲਾਤ ਜਿਹੜੇ ਨੇ ਉਹ ਖਰਾਬ ਕਰ ਦਿੱਤੇ ਕਿਉਂਕਿ ਇਹਨਾਂ ਨੂੰ ਬੰਦ ਕਰ ਦਿੱਤਾ। ਸੋ ਜਲੰਧਰ ਦੇ ਵਿੱਚ ਬੰਦ ਅਸਰ ਵੇਖਣ ਨੂੰ ਮਿਲ ਰਿਹਾ। ਵੱਡੀ ਖਬਰ ਜਿਹੜੀ ਹੈ, ਜੇ ਲੋਕ ਸੜਕਾਂ 'ਤੇ ਉਤਰ ਆਏ ਨੇ, ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਲੋਕਾਂ ਨੇ, ਖਾਸ ਤੌਰ 'ਤੇ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਕੰਮ 'ਤੇ, ਯਾਨੀ ਕਿ ਸੜਕਾਂ ਰੋਡ ਕਰ ਜਿਹੜੇ ਨੇ ਜਾਮ ਕਰ ਦਿੱਤੇ ਨੇ, ਵਾਹਨ ਜਿਹੜੇ ਨੇ ਨਹੀਂ ਗੁਜ਼ਰਨ ਦਿੱਤੇ ਜਾ ਰਹੇ, ਜਬਰਨ ਲੋਕਾਂ ਨੂੰ ਰੋਕਿਆ ਜਾ ਰਿਹਾ, ਕੰਮਾਂ ਕਾਰਾਂ 'ਤੇ ਨਹੀਂ ਜਾਣ ਦਿੱਤਾ ਜਾ ਰਿਹਾ, ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ। ਜਲੰਧਰ ਦੇ ਵਿੱਚ ਵੱਡੇ ਪੱਧਰ 'ਤੇ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ। ਸੋ ਫਿਲਹਾਲ ਲਗਾਤਾਰ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਜਲੰਧਰ ਦੇ ਵਿੱਚ, ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਤੁਸੀਂ ਅੰਦਾਜ਼ਾ ਲਗਾ ਜਾ ਸਕਦੇ ਹੋ। ਨਾਅਰੇਬਾਜ਼ੀ ਹੋ ਰਹੀ ਹੈ, ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ, ਲੋਕ ਨਾਅਰੇਬਾਜ਼ੀ ਕਰ ਰਹੇ ਨੇ। ਸੋ ਲੋਕ ਸੜਕਾਂ 'ਤੇ ਉਤਰੇ ਹੋਏ ਨੇ, ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ। ਹਾਲਾਤ ਜਿਹੜੇ ਨੇ ਉਹ ਕੀ ਵੇਖ ਸਕਦੇ ਹੋ ਤੁਸੀਂ, ਕਿਸ ਤਰੀਕੇ ਦੇ ਨਾਲ ਖਰਾਬ ਹੋ ਰਹੇ ਨੇ, ਕਿਉਂਕਿ ਕੁੱਲ ਮਿਲਾ ਕੇ ਜਲੰਧਰ ਦੀ ਗੱਲ ਕਰੀਏ ਤਾਂ ਇੱਥੇ ਹਰ ਚੌਂਕ 'ਤੇ ਇੱਥੇ ਅਜਿਹਾ ਹੀ ਹਾਲ ਨਜ਼ਰ ਆ ਰਿਹਾ। ਤਸਵੀਰਾਂ ਖਾ ਰਹੇ ਹਾਂ ਤੁਹਾਨੂੰ ਲਗਾਤਾਰ, ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਬੰਦੀਆਂ ਵੇਖ ਸਕਦੇ ਹੋ ਤੁਸੀਂ, ਜਿੱਥੇ ਲੋਕ ਜਿਹੜੇ ਨੇ ਉਹ ਸੜਕਾਂ 'ਤੇ ਉਤਰ ਆਏ ਨੇ।
ਜਲੰਧਰ ਦੇ ਵਿੱਚ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਲੋਕ ਹਾਲਾਂਕਿ ਗੁੱਸੇ ਦੇ ਵਿੱਚ ਨੇ, ਜਿਹਨਾਂ ਨੂੰ ਉੱਥੋਂ ਨਿਕਲਣ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਸਾਨੂੰ ਸਾਡਾ ਇੱਥੇ ਕੀ ਕਸੂਰ ਹੈਗਾ, ਅਸੀਂ ਰੋਜ਼ਮਰ੍ਹਾ 'ਤੇ ਜਾਣ ਵਾਲੇ ਕੰਮਾਂ 'ਤੇ ਜਾਣ ਵਾਲੇ ਲੋਕ ਹਾਂ, ਔਰ ਖਾਸ ਤੌਰ 'ਤੇ ਵਿਦਿਆਰਥੀ ਜਿਹੜੇ ਨੇ ਉਹਨਾਂ ਦਾ ਪੇਪਰ ਹੈਗਾ ਉਹ ਕਿਸ ਤਰ੍ਹਾਂ ਕਿੱਥੋਂ ਨਿਕਲਣਗੇ, ਇਹ ਬਹੁਤ ਵੱਡਾ ਸਵਾਲ ਹੈ। ਸਭ ਨੂੰ ਇੱਥੇ ਰੋਕਿਆ ਗਿਆ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ। ਸੋ ਬੰਦ ਦਾ ਬਹੁਤ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹਰ ਥਾਂ 'ਤੇ। ਔਰਤਾਂ ਦੀ ਗੱਲ ਕਰੀਏ ਤਾਂ ਉਹ ਵੀ ਪਿੱਛੇ ਨਹੀਂ ਹਨ। ਔਰਤਾਂ ਵੀ ਜਿਹੜੀਆਂ ਨੇ ਉਹ ਹੱਥਾਂ ਦੇ ਵਿੱਚ ਬੈਨਰ ਲੈ ਕੇ ਸੜਕਾਂ 'ਤੇ ਉਤਰ ਆਈਆਂ। ਤੁਸੀਂ ਦੀਆਂ ਤਸਵੀਰਾਂ ਲਗਾਤਾਰ ਵਿਖਾ ਰਹੇ, ਤੁਹਾਨੂੰ ਅਪਡੇਟ ਕਿੱਥੇ ਹਾਲਾਤ ਕਿਸ ਤਰ੍ਹਾਂ ਦੇ ਨੇ। ਜਲੰਧਰ ਤੋਂ ਇਹ ਤਸਵੀਰਾਂ ਜਿਹੜੀਆਂ ਉਹ ਵੇਖ ਪਾ ਰਹੇ ਹੋ। ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਝੰਡੇ ਲੈ ਕੇ ਅਤੇ ਹੱਥਾਂ ਦੇ ਵਿੱਚ ਬੈਨਰ ਲੈ ਕੇ ਪਹੁੰਚ ਚੁੱਕੇ ਨੇ। ਔਰ ਖਾਸ ਤੌਰ 'ਤੇ ਵੱਡਾ ਸਵਾਲ ਇਹ ਕਿ ਇੱਥੇ ਦੇ ਵਾਹਨ ਜਿਹੜੇ ਨੇ ਉਹਨਾਂ ਨੂੰ ਗੁਜ਼ਰਨ ਨਹੀਂ ਦਿੱਤਾ ਜਾ ਰਿਹਾ। ਇੱਕ ਪਾਸੇ ਤੋਂ ਦੂਸਰੀ ਥਾਂ ਉਹ ਨਹੀਂ ਜਾ ਪਾ ਰਹੇ। ਹਰ ਚੌਂਕ 'ਤੇ ਹੀ ਹਾਲਾਤ ਨਜ਼ਰ ਆ ਰਹੇ ਨੇ। ਰੇਲਵੇ ਸਟੇਸ਼ਨ ਦੀ ਗੱਲ ਕਰੀਏ, ਬੱਸ ਅੱਡੇ ਦੀ ਗੱਲ ਕਰੀਏ ਤਾਂ ਹਰ ਕੋਈ ਇੱਥੇ ਪ੍ਰਭਾਵਿਤ ਨਜ਼ਰ ਆ ਰਿਹਾ। ਔਰ ਇੱਥੇ ਆਮ ਲੋਕਾਂ ਦਾ ਇਹੀ ਕਹਿਣਾ ਕਿ ਸਾਡਾ ਕੀ ਕਸੂਰ ਹੈ। ਨਾਅਰੇਬਾਜ਼ੀ ਹੋ ਰਹੀ, ਇੱਕ ਵਾਰ ਨਾਅਰੇਬਾਜ਼ੀ ਜਿਹੜੀ ਹੈ ਉਹ ਸੁਣਦੇ ਹਾਂ ਕਿ ਕੁਝ ਕਿਹਾ ਜਾ ਰਿਹਾ। ਤੁਹਾਨੂੰ ਨਾਲ ਦੀ ਨਾਲ ਕੁਝ ਹੋਰ ਵੀ ਦਿਖਾਉਣਾ ਚਾਹੁੰਦਾ ਕਿ ਬਿਲਕੁਲ ਜਿਹੜਾ ਰੋਡ ਬੰਦ ਕਰ ਦਿੱਤਾ ਗਿਆ ਹੈ, ਬੈਰੀਗੇਡ ਜਿਹੜੇ ਲਗਾ ਦਿੱਤੇ ਗਏ ਹਨ, ਕਿਸੇ ਨੂੰ ਵੀ ਜਿਹੜਾ ਹੁਣ ਰੋਡ ਦੇ ਇੱਧਰ ਨਹੀਂ ਆਉਣ ਦਿੱਤਾ ਜਾ ਰਿਹਾ, ਨਾ ਹੀ ਪ੍ਰਦਰਸ਼ਨਕਾਰੀਆਂ ਨੂੰ। ਜਿਹੜਾ ਹਾਈਵੇ ਹੈ, ਜਿਹੜਾ ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ਹੈਗਾ ਹੈ, ਉਹ ਬਿਲਕੁਲ ਜਿਹੜਾ ਵੀ ਬਲੋਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪ੍ਰਦਰਸ਼ਨਕਾਰੀ, ਪਰ ਉਹਨਾਂ ਨੂੰ ਥੋੜ੍ਹਾ ਜਿਹਾ ਪਿੱਛੇ ਹੀ ਰੋਕ ਦਿੱਤਾ ਗਿਆ ਹੈ ਅਤੇ ਅੱਗੇ ਪੁਲਿਸ ਵੱਲੋਂ ਬੈਰੀਗੇਡ ਕਰ ਦਿੱਤੀ ਗਈ ਹੈ, ਕਿਉਂਕਿ ਪ੍ਰਦਰਸ਼ਨਕਾਰੀ ਜਿਹੜੇ ਅੱਗੇ ਨਾ ਜਾਣ ਅਤੇ ਰੋਡ ਨਾ ਜਾਮ ਕੀਤੀ ਜਾਵੇ। ਜੀ ਬਿਲਕੁਲ, ਖਾਸ ਤੌਰ 'ਤੇ ਅਸੀਂ ਹਾਲਾਤ ਵੇਖੇ ਨੇ ਕਿ ਕੁਝ ਹਾਲਾਤ ਨੇ, ਔਰ ਜਲੰਧਰ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ। ਵਿਨੋਦ, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਸਾਡੇ ਨਾਲ ਜੁੜਨ ਦੇ ਲਈ ਔਰ ਤਮਾਮ ਤਸਵੀਰਾਂ ਸਾਡੇ ਤੱਕ ਅਪਡੇਟ ਪਹੁੰਚਾਉਣ ਦੇ ਲਈ, ਕਿਉਂਕਿ ਸ਼ੁਰੂਆਤ ਜਿਹੜੀ ਜਲੰਧਰ ਦੇ ਵਿੱਚ ਹੋ ਚੁੱਕੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੁੜਨ ਦੇ ਲਈ। ਚਾਰ ਤਸਵੀਰਾਂ ਲਗਾਤਾਰ ਵਿਖਾ ਰਹੇ ਹਾਂ ਤੁਹਾਨੂੰ, ਜਿੱਥੇ ਬੰਦ ਦਾ ਅਸਰ ਜਿਹੜਾ ਉਹ ਵੇਖਣ ਨੂੰ ਮਿਲੇਗਾ।